ਹੈਲੋ ਅ ਵੈਰੀ ਗੁੱਡ ਮਾਰਨਿੰਗ ਟੂ ਵਨ ਐਂਡ 올 ਅੱਜ ਦੀ ਸਾਡੀ ਵੀਡੀਓ ਦਾ ਟਾਪਿਕ ਹੈ ਸਕੁਅਰਸ ਕੱਢਣਾ ਸਿੱਖਣਾ ਜਿਵੇਂ ਕਿ ਤੁਸੀਂ ਟਾਈਟਲ ਵਿੱਚ ਦੇਖਿਆ ਤੁਸੀਂ 1 ਤੋਂ ਲੈ ਕੇ 1000 ਤੱਕ ਕਿਸੇ ਵੀ ਨੰਬਰ ਦਾ ਸਕੁਅਰ ਕੱਢ ਸਕੋਗੇ ਵਿਥਿਨ 5 ਸੈਕੰਡਸ 5 ਸੈਕੰਡਸ ਦੇ ਵਿੱਚ ਵਿੱਚ ਤੁਸੀਂ ਕਿਸੇ ਵੀ ਨੰਬਰ ਦਾ ਸਕੁਅਰ ਕੱਢ ਸਕੋਗੇ ਆਪਾਂ ਸ਼ੁਰੂ ਕਰਦੇ ਹਾਂ ਫਰਸਟ ਕੁਐਸਚਨ ਤੁਸੀਂ ਮੈਥਡ ਦੋ ਮੈਥਡ ਹੋਣਗੇ ਧਿਆਨ ਨਾਲ ਸਮਝਣੇ ਨੇ ਕਿ ਫਰਸਟ ਮੈਥਡ ਦੇਖੋ ਆਪਾਂ 32 ਦਾ ਸਕੁਅਰ ਕਰਕੇ ਦੇਖੇ तो आप फर्स्ट की करेंगे थ्री इंटू टू तू इन टू लिख लेंगे थ्री इंटू टू इन टू टू थ्री इंटू फोर बारह थ्री दर लिखा जीरो नाइन आप हमेशा डबल डिजिटे इन्हों लिखना है दो द स्यर लिखा जीरो चार हूं आह जो अपने को मल्टीप्लाई करके आया है इनू आप पिछों की एक डिजिट छोदी एक डिजिट छ देनी है तो फोर जीरो प्लस टू टू प्लस वन टेन करेक्ट आंसर आ गया वन जीरो ट्राई करते हैं थर्टीर थर्टी नाइन का स्क्वायर करने के लिए सेम मैथड थ्री इंटू नाइन इंटू टू थ्री इंटू नाइन इंटू टू इज इक्वल टू फिफ्टी फोर थ्री दर जीरो नाइन नाइन दर ए वन ठीक है जी 54 ਨੂੰ ਫਿਰ ਤੋਂ ਆਪਾਂ ਇੱਕ ਲਾਸਟ ਤੋਂ ਡਿਜੀਟ ਛੱਡ ਕੇ ਐਡ ਕਰ ਦਵਾਂਗੇ 1 4 8 12 2 ਤੇ 1 10 5 15 ਤੇ 1 ਕੈਰੀ 1521 ਜੀ ਹਾਂ ਇਨੇ इजीली ਤੁਸੀਂ ਕਿਸੇ ਵੀ ਨੰਬਰ ਦਾ ਸਕੁਅਰ ਕੱਟ ਸਕਦੇ ਹੋ ਵਿਥਿਨ ਅ ਵੈਰੀ ਫਿਊ ਸੈਕੰਡਸ ਬਹੁਤ ਹੀ ਛੋਟੇ ਸਮੇਂ ਦੇ ਵਿੱਚ ਜਿੱਤੇ ਤੁਹਾਨੂੰ ਵਿਸ਼ਵਾਸ ਨਹੀਂ ਹੋ ਰਿਹਾ ਤੁਹਾਡਾ ਆਨਸਰ ਸਹੀ ਹੈ ਤੁਸੀਂ ਕੈਲਕੂਲੇਟਰ ਉੱਤੇ ਕਰਕੇ ਦੇਖਦੇ ਹੋ ਹਜੇ ਕੁਝ ਨਹੀਂ अगे चलते हाँ होर बहुत सारे क्वेश्चन करते हैं लैट से आपवनटी फाइव का स्कॉयर करना है सैवनिटी फाइव का स्कॉयर करव इंटू टू सैवन दर फाइव दर 7 फोर्टी नाइन फाइव स्कवेंटी फाइव सत्तर पैंती से दो सत्तर मैं ऐड कर देवगा पांच दो सत नौ सत्त सोलह एक पांच कैरी फाइव सिक्स टू फाइव मेरे को मेरा सही जवाब आ गया

ਤੁਸੀਂ ਇਹਨੂੰ ਟਰਾਈ ਕਰਨਾ ਹੈ ਜਿੰਨੀ ਮਰਜ਼ੀ ਵਾਰ ਟਰਾਈ ਕਰ ਸਕਦੇ ਹੋ ਕਿਸੇ ਵੀ ਨੰਬਰ ਵਾਸਤੇ ਇਹ ਮੈਥਡ ਤੁਹਾਡਾ ਲੱਗੇਗਾ 1 ਤੋਂ ਲੈ ਕੇ 99 ਤੱਕ ਠੀਕ ਹੈ ਜੀ ਸੈਕਿੰਡ ਮੈਥਡ ਹੋਰ ਚੱਲਦੇ ਹਾਂ ਸੈਕਿੰਡ ਮੈਥਡ ਲਈ ਆਪਾਂ 89 ਦਾ ਹੀ ਸਕੁਅਰ ਕਰਾਂਗੇ 89 ਦਾ ਸਕੁਅਰ ਕਰਨ ਲਈ ਆਪਾਂ ਹੁਣ ਸੈਕਿੰਡ ਮੈਥਡ ਯੂਜ਼ ਕਰਦੇ ਇਹ ਜੋ ਮੈਥਡ ਹੈ ਇਹ ਅਪ ਟੂ ਤੁਸੀਂ 9999 ਤੱਕ ਯਾਨੀ 1000 ਤੱਕ ਲਗਾ ਸਕਦੇ ਹੋ ਲਗਭਗ ਦੇਖਦੇ ਹਾਂ ਇਸ ਮੈਥਡ ਨੂੰ ਕਰਨ ਦੇ ਲਈ ਆਪਾਂ ਇਹਦੇ ਨੀਅਰੈਸਟ 100 ਲੈ ਲੰਨੇ ਆ ਨੀਅਰੈਸਟ 100 ਤੱਕ ਉਹ 11 ਘੱਟ ਹੈ ਤੇ 11 ਹੀ ਗਈ ਹੈ ਇਸ ਚਾਪ ਐਡ ਕਰਾਂਗੇ ਜਦ ਇਸ ਚਾਪ ਆਪਾਂ 11 ਐਡ ਕਰ ਦਿੰਨੇ ਆ a ਬਣ ਜਾਂਦਾ ਹੈ 100 ਜਦ ਇਹ ਚੋਂ ਦੀ ਆਪਾਂ 11 ਮਾਈਨਸ ਕਰ ਦਿੰਨੇ ਆ ਇਹ ਬਣ ਜਾਂਦਾ ਹੈ 79 ਆ ਉੱਪਰ ਤੇ ਜਿਹੜੇ نیچے ਜੋ 11 ਹੈ ਇਹਨੂੰ ਆਪਾਂ ਜਦ ਮਲਟੀਪਲਾਈ ਕਰਾਂਗੇ ਆਪਣੇ ਕੋਲ ਬਣ ਗਿਆ 121 ਹੁਣ ਇਹ 100 ਨੂੰ ਮੈਂ 100 ਨਾਲ ਡਿਵਾਈਡ ਕਰੂੰਗਾ ਤੇ ਜੇ ਉਰੇ ਮੇਰੇ ਕੋਲ ਦੋ ਡਿਜੀਟ ਸੀ ਦੋ ਜ਼ੀਰੋ ਸੀ ਤਾਂ ਮੈਂ ਉਰੇ ਦੋ ਡਿਜੀਟਸ ਰੱਖ ਕੇ ਇਹਨੂੰ ਇਸ ਦੇ ਵਿੱਚ ਕੀ ਕਰਾਂਗਾ ਐਡ ਕਰ ਦੋ ਜ਼ੀਰੋਸ ਨਾਲ ਦੋ ਜ਼ੀਰੋਸ ਕੱਟੀਆਂ 78 ਪਿੱਛੇ 121 8 ਦੇ ਵਿੱਚ ਆਹ ਐਡ ਹੋਏਗਾ ਇਟ ਬਿਕਮਸ 7921 ਜੋ ਕਿ ਆਪਣੀ ਲਾਸਟ ਕੁਐਸਚਨ ਦੇ ਵਿੱਚ ਵੀ ਆਂਸਰ ਆਇਆ ਸੀਗਾ This is another method of doing the same question bahut hi easy tarika hai bahut hi fast tarika hai samajhni hai bilkul ghabran di lod nahi apa ik hor question dekhte haan four question karke thonu eh zyada clear ho jega moving on let's try for 95 95 de layi try karde haan eh 95 da square karna hai hun 95 de nearest hundred huga 100 enu apa ne likh leya ji minus 5 te plus 5 jab 95 che 5 add karda ban janda hai 100 5 ਮਾਈਨਸ ਕਰ ਜਾਂਦਾ ਹੈ ਬੰਦਾ 90 ਤੇ 5 5 ਕੀ ਹੋ ਗਿਆ ਮੇਰੇ ਕੋਲ 25 100 ਨਾਲ ਡਿਵਾਈਡ ਕਰੂੰਗਾ ਦੋ ਡਿਜੀਟਸ ਰੱਖ ਲਾਂਗਾ ਜਿੰਨੇ ਫालतू ਹੋਣਗੇ ਉਹਨਾਂ ਨੂੰ ਕੈਰੀ ਕਰਦਾ ਦੋ ਜ਼ੀਰੋਸ ਤਾਂ ਦੋ ਜ਼ੀਰੋਸ ਕੱਟੀਆਂ 9 0 ਪਿੱਛੇ ਦੋ ਹੀ ਡਿਜੀਟਸ ਨੇ ਤੇ ਇਹਦਾ ਆਨਸਰ ਆ ਗਿਆ 9025 ਐਂਡ ਥਿਸ ਇਜ਼ ਯੋਰ ਕਰੈਕਟ ਆਨਸਰ ਠੀਕ ਹੈ ਇੱਕ ਹੋਰ ਕੁਐਸਚਨ ਕਰਕੇ ਦੇਖੀਏ ਹੋਰ ਕੁਐਸਚਨ ਦੇ ਲਈ ಲೆಟ್ಸ್ ಗೋ ਵਿਦ 3 ਡਿਜੀਟ ਨੰਬਰ ਥਿਸ ਟਾਈਮ ਆਪਾਂ ਹੁਣ ਤਿੰਨ ਡਿਜੀਟ ਵਾਲਾ ਨੰਬਰ ਲੈ ਲੈਨੇ ਆ 10 ਡਿਜੀਟ ਵਾਲਾ ਨੰਬਰ ਆਪਾਂ ਲੈ ਲੈਨੇ ਆ 212 212 ਦਾ ਸਕੁਅਰ ਕਰਨ ਦੇ ਲਈ ਸਿਮਿਲਰਲੀ ਹੁਣ ਇਹਦੇ ਨੀਅਰੈਸਟ ਸਟੈਂਡਰਡ ਕੀ ਆ ਜਾਏਗਾ 200 200 ਤੱਕ ਪਹੁੰਚਣ ਲਈ ਮਾਈਨਸ 12 ਤੇ ਨਾਲ ਹੀ ਪਲੱਸ 12 ਜਦ ਮਾਈਨਸ 12 ਕਰਦਾ ਹਾਂ ਬਣਿਆ 200 ਪਲੱਸ 12 ਕਰਦਾ ਹਾਂ ਤਾਂ ਬਣਿਆ 224 12 12 ਕੀਤਾ ਤਾਂ ਬਣ ਗਿਆ 144 144 ਠੀਕ ਹੈ ਇਸ ਦੇ ਵਿੱਚ ਇੱਕ ਚੀਜ਼ ਦਾ ਧਿਆਨ ਰੱਖਾਂਗੇ ਆਪਾਂ ਹੁਣ ਇਹਨੂੰ 100 ਦੇ ਨਾਲ ਡਿਵਾਈਡ ਕੀਤਾ ਹੈ। ਦੋ ਡਿਜੀਟਸ ਨੇ ਤਾਂ ਕਰਕੇ ਆਪਾਂ ਉਰੋਂ ਦੀ ਦੋ ਹੀ 4 ਰੱਖਾਂਗੇ ਤੇ ਬਾਅਦ ਨੂੰ ਰਿਹਾ ਕਿ ਕੀ ਹੋ ਜਾਏਗਾ ਕੈਰੀ ਹੋ ਜਾਏਗਾ। 2 224 2 224 ਨਾਲ ਆਪਣਾ ਆ ਗਿਆ 448 144 ਤੇ 1 ਨੂੰ ਆਪਾਂ ਇਸਦੇ ਵਿੱਚ ਐਡ ਕਰਾਂਗੇ ਆਨਸਰ ਆ ਜਾਏਗਾ 449 2 this is your correct answer ਤੁਸੀਂ ਜੀ ਚਾਹੁੰਦਾ ਇਹਨੂੰ ਕੈਲਕੂਲੇਟਰ ਉੱਤੇ ਟਰਾਈ ਕਰਕੇ ਦੇਖ ਸਕਦੇ ਹੋ ਤੁਹਾਡੇ ਕੋਲ ਆਨਸਰ ਸੇਮ ਆਏਗਾ ਤੁਸੀਂ ਇਸ ਚੈਨਲ ਇਸ ਵੀਡੀਓ ਦੀ ਪੀਡੀਐਫ ਡਾਊਨਲੋਡ ਕਰਨ ਵਾਸਤੇ ਸਾਡੇ ਨਾਲ ਟੈਲੀਗ੍ਰਾਮ ਚੈਨਲ ਉੱਤੇ ਜੁੜ ਸਕਦੇ ਹੋ ਅਤੇ ਨਾਲ ਹੀ ਸਾਨੂੰ ਇੰਸਟਾਗ੍ਰam ਉੱਤੇ ਵੀ ਫੋਲੋ ਕਰ ਸਕਦੇ ਹੋ ਯੂਜ਼ਰ ਨੇਮ ਦੋਨੋਂ ਹੀ ਨੀਚੇ ਬਾਰ ਦੇ ਵਿੱਚ ਦਿੱਤੇ ਹੋਏ ਨੇ ਅਗਲੇ ਚੱਲਦੇ ਹਾਂ ਆਪਾਂ ਦੋ ਤਿੰਨ ਹੋਰ ਕੁਐਸਚਨਸ ਕਰਦੇ ਹਾਂ 3 ਡਿਜੀਟ ਨੰਬਰਸ ਤੇ ਉਸ ਤੋਂ ਬਾਅਦ ਆਪਾਂ ਕੁਝ ਹੋਮਵਰਕ ਕੁਐਸਚਨਸ ਦਵਾਂਗੇ ਦੇਖਦੇ ਹਾਂ अगले क्वेश्चन दे आप वैल्यू लें सैवन हंड्रड एंडोटी सैवन सैवन हंड्रड फोर्टी सैवन का स्क्वायर करने के लिए इस क्वेश्चन चीज है ना तो यह सत सौ ही करीब ना अठ सौ ही ने घबरा की कोई जरूरत नहीं आप एक होर तरीके करते हैं तरीका की रहेगा आपवन हंड्रड फिफ्टी लै लियस्ट सैवन हंड्रड फिफ्टी थ्री माइनस थ्री प्लस ਜਦੋਂ ਮੈਨੇ ਇਸ 3 ਪਲੱਸ ਕੀਤਾ ਮੇਰੇ ਕੋਲ ਬਣ ਗਿਆ 750 ਬਿਲਕੁਲ ਸਹੀ ਗੁਣਾ ਕੀ ਕੀਤਾ 744 ਜਦੋਂ 3 ਮਾਈਨਸ ਕੀਤੀ ਜੀ ਹਾਂ ਪਿਛੇ 3 ਇੰਟੂ 3 ਕੀ ਬਣ ਗਿਆ 0 ਹੁਣ ਮੇਰੇ ਕੋਲ ਆਪਸ਼ਨ ਹੈ ਮੈਂ ਉਰੇ ਜਾਂ ਤਾਂ ਇਹਨੂੰ 10 ਨਾਲ ਡਿਵਾਈਡ ਕਰ ਸਕਦਾ ਹਾਂ ਜਾਂ 100 ਦੇ ਨਾਲ ਡਿਵਾਈਡ ਕਰ ਸਕਦਾ ਜੇਕਰ 10 ਨਾਲ ਕਰੂੰਗਾ ਤਾਂ ਇੱਕ ਡਿਜੀਟ ਰੱਖਣਾ ਪਊ ਜੇਕਰ 100 ਨਾਲ ਕਰ ਰਿਆਂ ਤਾਂ ਦੋ ਡਿਜੀਟਸ ਮੈਂ 100 ਨਾਲ ਕਰੂੰਗਾ ਤੇ ਉਰੇ ਦੋ ਡਿਜੀਟਸ ਟੱਕ ਲੈਣਾ ਇੱਕ 0 ਨਾਲ ਇੱਕ 0 ਗਈ 5 ਦੇ ਟੇਬਲ ਤੇ ਇਹਨਾਂ ਨੂੰ ਕਟਾਇਆ ਤਾਂ ਇਹ ਬਣ ਗਿਆ 15 2 15 2 ਨੂੰ 15 2 ਨੂੰ ਮੈਂ 30 4 ਵੀ ਲਿਖ ਸਕਦਾ ਹਾਂ 30 4 ਲਿਖਣ ਦੇ ਨਾਲ ਜਦ ਇਹਨਾਂ ਨੂੰ ਹੁਣ ਮੈਂ ਮਲਟੀਪਲਾਈ ਕਰਦਾ 4 ਡਿਵਾਈਡ 744 ਡਿਵਾਈডেਡ ਬਾਈ 4 ਮੇਰੇ ਕੋਲ ਆਨਸਰ ਆਂਦਾ ਹੈ 1 ਬਚਿਆ 3 34 8 ਛੋਕਾ 32 ਪਿੱਛੇ ਬਚਿਆ 2 24 ਤਾਂ 6 ਛੋਕਾ 24 ਹੁਣ 186 ਨੂੰ 30 ਨਾਲ ਗੁਣਾ ਕਰਨਾ ਸੌਖਾ ਹੈ ਦੇ ਪਿੱਛੇ ਐਜ਼ ਇਟ ਇਜ਼ 09 ਆਨਸਰ ਇਹਦਾ ਕੱਢੀਏ ਤਾਂ 63 ਦਾ 18 81 ਕੈਰੀ 83 ਦਾ 24 1 5 ਤੋਂ ਕੈਰੀ 10 ਕਮ 10th ਦੋ ਪੰਜ 550 ਤੇ ਲਾਸਟ 09 ਐਜ਼ ਇਟ ਇਜ਼ ਆ ਜਾਏਗਾ ਉਮੀਦ ਕਰਦਾ ਹਾਂ ਹੁਣ ਤੁਹਾਨੂੰ ਇਹ ਕੁਐਸਚਨ ਜ਼ਿਆਦਾ ਕਲੀਅਰ ਹੋਇਆ ਹੋਵੇਗਾ ਅਗਲਾ ਇੱਕ ਹੋਰ ਕੁਐਸਚਨ ਦੇਖਦੇ ਹਾਂ ਇਸ ਤੋਂ ਬਾਅਦ ਆਪਾਂ ਕੁਝ ਹੋਮਵਰਕ ਕੁਐਸਚਨਸ ਤੇ ਚੱਲਾਂਗੇ 388 ਦਾ ਸਕੁਅਰ हूँ थ्री हंड एटर जी फोर 400 फोर हंडेड तो यह कि घट है बारह बारह ही आप इस ऐड करा जो बारह ऐड करते हैं बनिया फोर हंडेड जो तो आप बारह माइनस किए बन गया थ्री हंड एंड सैवं बारह का स्क्र अपने को वन हंड्रेड एंड फोर्टी फोर सौ न डिवाइड दो डिजिट्स रखे एक की आ गया कैरी दो जीरोस दो छे चौका चौबीस चार दो सात चौक अठाई दो ती जीरो तीन कैरी 4 3 12 ਤੇ 3 15 1504144 ਹੁਣ ਆਹ 1 ਉਰੇ ਕੀ ਹੋਣਾ ਐਡ ਹੋਣਾ ਜਦੋਂ ਆਪਾਂ ਐਡ ਕਰਦੇ ਹਾਂ ਆਪਣੀ ਕੋਲ ਆਨਸਰ ਆ ਜਾਂਦਾ ਹੈ 150544 ਤੁਸੀਂ ਕਿਸੇ ਵੀ ਕੁਐਸਚਨ ਦਾ ਆਨਸਰ ਕੈਲਕੂਲੇਟਰ ਉੱਤੇ ਚੈੱਕ ਕਰ ਸਕਦੇ ਹੋ ਵਿਦ ਪ੍ਰੈਕਟਿਸ ਤੁਸੀਂ 5 ਸੈਕਿੰਡਸ ਦੇ ਵਿੱਚ ਇਹਨਾਂ ਕੁਐਸਚਨਸ ਦੇ ਆਨਸਰ ਕਰ ਸਕੋਗੇ ਤੇ ਆਪਣੇ ਚਾਹੇ ਉਹ ਪੀਪੀਐਸਸੀ ਦਾ ਐਗਜ਼ਾਮ ਹੋ ਚਾਹੇ ਉਹ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਹੋ ਕਿਆ ਹੋ ਪਟਵਾਰੀ ਐਗਜ਼ਾਮ ਹੋ ਕਿਆ ਕੋਆਪਰੇਟਿਵ ਬੈਂਕ ਦਾ ਐਗਜ਼ਾਮ ਹੋ ਕਿਸੇ ਵੀ ਐਗਜ਼ਾਮ ਦੇ ਵਿੱਚ ਤੁਸੀਂ ਆਪਣਾ ਵੈਲਿਊਏਬਲ ਟਾਈਮ ਬਚਾ ਸਕਦੇ ਹੋ ਤੇ ਇਹਨਾਂ ਕੈਲਕੂਲੇਸ਼ਨਸ ਦੇ ਨਾਲ ਅੱਗੇ ਵਧ ਸਕਦੇ ਹੋ ਲਾਸਟ ਆਪਾਂ ਕੁਝ ਕੁਐਸ਼ਨਸ ਜੀ ਹਾਂ ਆਪਣੀ ਲਾਸਟ ਪਾਰਟ ਤੇ ਵੀਡੀਓ ਵਿੱਚ ਆਪਾਂ ਹੁਣ ਡਿਸਕਸ ਕਰਾਂਗੇ ਕੁਝ ਹੋਮਵਰਕ ਕੁਐਸ਼ਨਸ ਜਿਵੇਂ ਕਿ 396 ਦਾ ਸਕੁਅਰ ਤੁਸੀਂ ਕਰ ਸਕਦੇ ਹੋ 456 ਦਾ 792 ਦਾ 886 ਲੈਟਸ ਸੇ uh, 913 959 226 7 13 ਤੇ 549 ਇਹ ਕੁਝ ਨੰਬਰਸ ਨੇ ਇਹਨਾਂ ਦੇ ਸਕੁਅਰ ਤੁਸੀਂ ਕਰਕੇ ਦੇਖਨੇ ਹੈ 9 ਕੁਐਸ਼ਨਸ ਨੇ ਇਹਨਾਂ ਦੇ ਆਨਸਰਸ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਲਿਖਿਓ ਜੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਉਹ ਵੀ ਤਾਂ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਦੋਸਤਾਂ ਮਿੱਤਰਾਂ ਤੱਕ ਇਸ ਵੀਡੀਓ ਨੂੰ ਜ਼ਰੂਰ ਪਹੁੰਚਾਓ ਐਜੀ ਹੋਰ ਵੀਡੀਓਜ਼ ਲੈ ਕੇ ਅਸੀਂ ਜਲਦ ਹੀ ਹਾਜ਼ਰ ਹੋਵਾਂਗੇ ਤੇ ਮਿਲਾਂਗੇ ਯੂਨੀਵਰਸਲ ਅਕੈਡਮੀ ਦੇ YouTube ਚੈਨਲ ਉਤੇ ਬਹੁਤ ਬਹੁਤ ਸ਼ੁਕਰੀਆ